ਪਹਾੜਾਂ ਵਿੱਚ ਕਣਕਾਂ ਉੱਗ ਪੈਂਦੀਆਂ ਹਨ ਤਾਂ ਉੱਤੇ ਬਰਫ਼ਾਂ ਪੈ ਜਾਂਦੀਆਂ ਹਨ। ਫੱਗਣ ਤੱਕ ਇਹ ਨਿਆਣੀ ਖੇਤੀ ਬਰਫ਼ ਹੇਠ ਗੁੰਮ ਰਹਿੰਦੀ ਹੈ। ਜਦ ਸੂਰਜ ਤਪਿਆ ਅਤੇ ਬਰਫ਼ ਪੰਘਰੀ ਤਦ ਖੇਤੀ ਹੇਠੋਂ ਉਸੇ ਤਰ੍ਹਾਂ ਨਿਕਲਦੀ ਹੈ, ਪਰ ਹੁਣ ਜਦ ਰੌਸ਼ਨੀ, ਹਵਾ ਅਤੇ ਨਿੱਘ ਖੁੱਲ੍ਹੀ ਮਿਲਦੀ ਹੈ ਤਾਂ ਉਹ ਝਿਜਕਾਓ, ਉਦਾਸੀ, ਰੁਕਾਵਟ ਦੂਰ ਹੋ ਜਾਂਦੀ ਹੈ। ਨਿਸਰਾਓ, ਖਿੜਾਓ, ਲਹਿਲਹਾਓ ਆ ਜਾਂਦਾ ਹੈ। ਦਿਨਾਂ ਵਿੱਚ ਹੀ ਬੂਟੇ ਸਿੱਟਿਆਂ ਤੱਕ ਆ ਜਾਂਦੇ ਹਨ। ਇਸੇ ਤਰ੍ਹਾਂ ਮੁੱਦਤਾਂ ਦੀ ਕਲੇਸ਼ਾਂ ਅਤੇ ਦੁੱਖਾਂ ਹੇਠ ਦੱਬੀ ਸਤਵੰਤ ਦੇ ਸਿਰੋਂ ਮਾਨੋ ਬਰਫ਼ ਢਲੀ ਹੈ। ਇਸ ਕੰਨਿਆਂ ਦੇ ਸੁਭਾਓ ਵਿੱਚ ਖੁਸ਼ੀ, ਬੇਖਿਆਲੀ, ਵਿਚਾਰ ਪਰ ਵਹਿਮ ਤੋਂ ਖਾਲੀ, ਜੁਗਤ ਕਰਨੀ ਪਰ ਚੋਭ ਤੋਂ ਖਾਲੀ, ਹਰਨੋਟੇ ਵਾਂਗ ਬੇਪਰਵਾਹ ਫਿਰਨਾ, ਐਸੇ ਐਸੇ ਗੁਣ ਸਨ। ਪਰ ਜਦ ਤੋਂ ਇੱਕਦਮ ਕੈਦ ਪਈ ਅਤੇ ਦੁੱਖਾਂ ਦੇ ਮੋਹ ਆਏ, ਡਾਢੀ ਡੂੰਘੀ ਸੋਚ ਵਾਲੀ, ਫੂਕ ਫੂਕ ਕੇ ਕਦਮ ਧਰਨ ਵਾਲੀ ਹੋ ਗਈ। ਚਾਹੇ ਚੜ੍ਹਦੀਆਂ ਕਲਾਂ ਦੇ ਭੇਦ ਤੋਂ ਜਾਣੂ ਸੀ, ਪਰ ਦੁੱਖਾਂ ਨੇ ਵਰਤਣ ਦਾ ਖਿੜਾਓ ਸੋਚ ਦੇ ਹਿੱਸੇ ਪਾ ਛੱਡਿਆ ਸੀ। ਇਸ ਗੱਲ ਦਾ ਪ੍ਰਤਾਪ ਸੀ ਕਿ ਸਤਵੰਤ ਕਦੇ ਦਿਲ ਤੋੜ ਕੇ ਨਹੀਂ ਸੀ ਬੈਠੀ। ਨਾਮ ਦੇ ਅਭਿਆਸੀ ਨੂੰ ਜਦ ਕਲੇਸ਼ ਅਤੇ ਬਿਪਤਾ ਪੈਂਦੀਆਂ ਹਨ ਤਾਂ ਸੁਰਤ ਅੰਦਰ ਵਧੀਕ ਰੁੱਖ ਕਰਦੀ ਅਤੇ ਇਕੱਠੀ ਹੋ ਜਾਂਦੀ ਹੈ। ਉਸ ਵੇਲੇ ਵਿਚਾਰ, ਧੀਰਜ ਅਤੇ ਸਹਾਰਾ ਬਹੁਤ ਵੱਧ ਜਾਂਦੇ ਹਨ, ਖਿੜਾਓ ਅਤੇ ਬੇਪਰਵਾਹੀ ਘੱਟ ਜਾਂਦੇ ਹਨ। ਸੋ ਹੁਣ ਜਦ ਉਹ ਦਬਾਓ ਦੇ ਕਾਰਨ ਜ਼ਰਾ ਹਟੇ ਤਾਂ ਸਤਵੰਤ ਦੇ ਅਸਲੀ ਸੁਭਾਓ ਨੇ ਪਲਟਾ ਖਾਣਾ ਸ਼ੁਰੂ ਕੀਤਾ। ਆਪਣੇ ਡੇਰੇ ਵਿੱਚ ਉਸ ਦੇ ਅਸਲੀ ਹਸਮੁੱਖ ਸੁਭਾਓ ਨੇ ਇੱਕ ਹੋਰ ਤਰ੍ਹਾਂ ਦੀ ਰੌਣਕ ਪੈਦਾ ਕਰ ਦਿੱਤੀ। ਸਾਈਂ ਉੱਤੇ ਇਸ ਸੁਭਾਓ ਦਾ ਉਸ ਦੇ ਸੱਚ ਅਰ ਨਿਰੋਲ ਪਿਆਰ ਦੇ ਨਾਲ ਡੂੰਘਾ ਪ੍ਰੇਮ ਹੋ ਗਿਆ। ਪਰ ਅਜੇ ਤੱਕ ਸਾਈਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਗੁਣਾਂ ਦਾ ਪੁਤਲਾ ਇਸਤਰੀ ਜਾਤ ਹੈ। ਸਫ਼ਰ ਆਨੰਦ ਪੂਰਵਕ ਹੁੰਦਾ ਰਿਹਾ। ਤਦੋਂ ਅੱਜ ਕੱਲ੍ਹ ਵਾਂਗੂ ਸੁਖੱਲੇ ਸਫ਼ਰ ਨਹੀਂ ਸਨ, ਸੁਖੱਲੀਆਂ ਰਾਹਾਂ ਨਹੀਂ ਸਨ, ਮੁਸ਼ਕਲਾਂ ਨਾਲ ਸਫ਼ਰ ਹੁੰਦੇ ਸੇ, ਪਰ ਰਲੇ ਸਰਬੰਧ ਗੁਜ਼ਾਰਾ ਲੰਘ ਜਾਂਦਾ ਸੀ। ਕਾਫਲਿਆਂ ਦਾ ਦਸਤੂਰ ਵੀ ਤਦੋਂ ਹੋਰ ਸੀ। ਕਾਫਲੇ ਦੇ ਲੋਕ ਮਿਲ ਕੇ ਕਈ ਵੇਰ ਆਪਣੀ ਰਾਖੀ ਦਾ ਪ੍ਰਬੰਧ ਕਰਦੇ ਸੇ, ਪਰ ਅਕਸਰ ਵੇਰ ਕਿਸੇ ਵੱਡ ਨਾਮੀ ਧਾਕ ਵਾਲੇ ਆਦਮੀ ਵੱਲੋਂ ਰਾਖੀ ਦਾ ਪ੍ਰਬੰਧ ਹੋ ਜਾਇਆ ਕਰਦਾ ਸੀ। ਸਭ ਤੋਂ ਵਧੀਕ ਖਤਰਨਾਕ ਹਿੱਸਾ ਖੈਬਰ ਦਾ ਸਾਰਾ ਦਲ ਹੁੰਦਾ ਸੀ, ਪਰ ਇੱਥੇ ਵੀ ਕਈ ਕਈ ਨਾਵਾਂ ਦਾ ਡਰ ਐਸਾ ਹੁੰਦਾ ਸੀ ਕਿ ਖੈਬਰ ਵਿੱਚ ਧਾੜਵੀ ਤੱਕ ਡਰਦੇ ਸਨ। ਅਜੇ ਬਹੁਤ ਸਮਾਂ ਨਹੀਂ ਲੰਘਿਆ ਕਿ ਇੱਕ ਸਿੱਖ ਨਾਮ ਦੀ ਬੜੀ ਇੱਜ਼ਤ ਸੀ। ਮਿੱਠਾ ਸਿੰਘ ਦਾ ਨਾਮ ਲਵੋ ਤਾਂ ਧਾੜਵੀ ਲੁੱਟਦਿਆਂ ਛੱਡ ਕੇ ਪਰੇ ਹਟ ਜਾਂਦੇ ਸਨ। ਇਸ ਨਾਮੀ ਪੁਰਖ ਦਾ ਪੁੱਤ ਸ਼ਾਮ ਸਿੰਘ ਅਤੇ ਬੇਟੀ ਰਾਮ ਦੇਵੀ ਥੋੜ੍ਹਾ ਚਿਰ ਹੋਇਆ ਕਿ ਬੁੱਢੇ ਹੋ ਕੇ ਅੰਮ੍ਰਿਤਸਰ ਵਿੱਚ ਗੁਜ਼ਰੇ ਹਨ। ਤਦੋਂ ਇਸ ਤਰ੍ਹਾਂ ਆਗਾ ਖਾਨ ਦੇ ਬਾਪੂ ਦੀ ਖੈਬਰ ਵਿੱਚ ਧਾਂਕ ਸੀ, ਜਿਸ ਦੇ ਕਾਰਨ ਇਹ ਬਰਖੁਰਦਾਰ ਇੰਨੇ ਵੱਡੇ ਕਾਫਲੇ ਨੂੰ ਨਿਰਭੈ ਲਈ ਜਾ ਰਿਹਾ ਸੀ। ਖੈਬਰ ਦਾ ਸਫ਼ਰ ਇਸ ਸਮੇਂ ਤੱਕ ਵੀ ਖਤਰਨਾਕ ਰਿਹਾ ਹੈ। ਕਾਫਲੇ ਦੀ ਰਾਖੀ ਲਈ ਅਮੀਰ ਦੇ ਸਵਾਰ ਆਉਂਦੇ ਸਨ। ਇੱਧਰੋਂ ਸਵਾਰਾਂ ਦਾ ਦਸਤਾ ਅੰਗਰੇਜ਼ੀ ਸਰਕਾਰ ਵੱਲੋਂ ਦੂਰ ਤੱਕ ਨਾਲ ਜਾਂਦਾ ਸੀ। ਹੁਣ ਮੋਟਰਾਂ ਬੇਡਰ ਚੱਲਦੀਆਂ ਹਨ। ਕਾਬਲ ਦੇ ਅਮੀਰ ਆਪਣੇ ਰਾਜ ਵਿੱਚ ਜਾਣ ਵਾਲਿਆਂ ਤੋਂ ਮਸੂਲ ਲੈਂਦੇ ਆਏ ਸਨ, ਪਰ ਰਾਖੀ ਨਹੀਂ ਕਰਦੇ ਸਨ ਅਤੇ ਕਈ ਜਿਨ੍ਹਾਂ ਨੂੰ ਵਪਾਰ ਤੋਂ ਵਧੀਕ ਲਾਭ ਦਾ ਖਿਆਲ ਹੁੰਦਾ ਸੀ ਉਹ ਪ੍ਰਬੰਧ ਵੀ ਕਰਦੇ ਹੁੰਦੇ ਸਨ। ਜਿਸ ਸਮੇਂ ਦੇ ਅਸੀਂ ਹਾਲ ਲਿਖ ਰਹੇ ਹਾਂ, ਇਸ ਤੋਂ ਕੁਛ ਚਿਰ ਪਹਿਲੇ ਅਫਗਾਨਿਸਤਾਨ ਦਿੱਲੀ ਦੇ ਤਖ਼ਤ ਦੀ ਤਾਬਿਆ ਸੀ। ਅਕਬਰ ਤੋਂ ਲੈ ਕੇ ਮੁਗਲ ਪਾਤਸ਼ਾਹ ਇਸ ਪਰ ਆਪਣਾ ਸਿੱਕਾ ਟੋਰਦੇ ਰਹੇ ਹਨ, ਪਰ ਮੁਗਲੀਆ ਸਲਤਨਤ ਦੇ ਅਖੀਰਲੇ ਕਮਜ਼ੋਰ ਪਾਤਸ਼ਾਹ ਦੇ ਹੱਥੋਂ ਇਹ ਦੇਸ਼ ਨਿਕਲ ਗਿਆ। ਪਰ ਨਾਦਰ ਸ਼ਾਹ ਦੇ ਹਮਲੇ ਨੇ ਤਾਂ ਇਸ ਨੂੰ ਪੂਰਾ ਸੁਤੰਤਰ ਕਰ ਦਿੱਤਾ। ਅਬਦਾਲੀ ਦੇ ਹਮਲੇ ਪੰਜਾਬ ਨੂੰ ਵੀ ਦਿੱਲੀ ਨਾਲੋਂ ਤੋੜ ਕੇ ਕਾਬਲ ਨਾਲ ਜੋੜ ਰਹੇ ਸਨ, ਪਰ ਸਿੱਖਾਂ ਨੇ ਇਸ ਵਿੱਚ ਸਫਲਤਾ ਨਾ ਹੋਣ ਦਿੱਤੀ। ਸੋ ਨਵਾਂ ਰਾਜ ਪੱਕਾ ਕਰਨ ਕਰਕੇ ਅਬਦਾਲੀ ਪੰਜਾਬ
ਅਤੇ ਕਾਬਲ ਦੇ ਵਪਾਰ ਨੂੰ ਪੱਕਾ ਕਰਨਾ ਲੋਚਦਾ ਸੀ। ਭਾਵੇਂ ਲੁਟੇਰਾ ਸੀ ਪਰ ਚਿੱਤੋਂ ਅਫਗਾਨਿਸਤਾਨ ਬੈਠ ਕੇ ਬੰਗਾਲੇ ਤੱਕ ਰਾਜ ਦੀਆਂ ਧੁਨਾਂ ਰੱਖਦਾ ਸੀ। ਸ਼ਾਇਦ ਕਾਮਯਾਬ ਹੋ ਜਾਂਦਾ ਪਰ ਪੰਜਾਬ ਵਿੱਚ ਸਿੱਖ ਇਸ ਦੇ ਮਨਸੂਬੇ ਪੂਰੇ ਨਹੀਂ ਸੀ ਹੋਣ ਦਿੰਦੇ। ਜਦੋਂ ਇਹ ਹਮਲਾ ਕਰਕੇ ਆਉਂਦਾ ਸਿੱਖ ਬਿਨਾਂ ਪਹਾੜਾਂ ਵਿੱਚ ਜਾ ਵੜਦੇ। ਜਦੋਂ ਇਹ ਦਿੱਲੀ ਨੂੰ ਟੁਰ ਜਾਂਦਾ ਤਾਂ ਉਹ ਆਪਣੇ ਲੁਕੇਵਿਆਂ ਵਿੱਚੋਂ ਨਿਕਲ ਪੈਂਦੇ ਅਤੇ ਥਾਂ ਥਾਂ ਕਬਜ਼ੇ ਕਰ ਲੈਂਦੇ। ਅਹਿਮਦ ਸ਼ਾਹ ਨੂੰ ਦਿੱਲੀ ਜਾ ਕੇ ਪੰਜਾਬ ਵਿੱਚ ਸਿੱਖਾਂ ਦੇ ਰੌਲੇ ਦੀ ਖਬਰ ਪਹੁੰਚਦੀ ਤਦ ਉਸ ਨੂੰ ਫਿਕਰ ਪੈ ਜਾਂਦਾ ਕਿ ਕਿਤੇ ਇਹ ਜ਼ੋਰ ਪਾ ਕੇ ਅਫਗਾਨਿਸਤਾਨ ਅਤੇ ਉਸ ਦੇ ਵਿਚਾਲੇ ਉਹ ਰੋਕ ਨਾ ਪਾ ਦੇਣ ਕਿ ਜਿਸ ਕਰਕੇ ਉਸ ਨੂੰ ਦੇਸ਼ ਅੱਪੜਨ ਦੇ ਕਿਸੇ ਲੋੜ ਵੇਲੇ ਕਰੜੀ ਔਕੜ ਪੇਸ਼ ਆ ਜਾਵੇ ਅਤੇ ਉਸਦਾ ਪਿੱਛਾ ਚੌੜ ਹੋ ਜਾਵੇ। ਇਉਂ ਉਹ ਜਦ ਪੰਜਾਬ ਨੂੰ ਮੁੜਦਾ ਕਿ ਇਹਨਾਂ ਨੂੰ ਮੁਕਾ ਦਿਆਂ ਤਦ ਉਹ ਫੇਰ ਛੁਪ ਜਾਂਦੇ। ਪਰ ਦਾਓ ਪਾ ਪਾ ਕੇ ਸਿੱਖ ਉਸ ਦੇ ਪਿੱਛੇ ਅਤੇ ਹੱਲੇ ਕਰਦੇ ਔਰ ਲੁੱਟ ਦਾ ਮਾਲ ਜੋ ਉਹ ਨਾਲ ਲੈ ਜਾ ਰਿਹਾ ਹੁੰਦਾ ਸੀ ਉਸ ਵਿੱਚੋਂ ਕੁਛ ਨਾ ਕੁਛ ਹਿੱਸਾ ਮੋੜ ਲੈਂਦੇ ਅਤੇ ਕਈ ਬੰਦੀ ਛੁਡਾ ਲੈਂਦੇ। ਜਦੋਂ ਉਹ ਦੇਸ਼ ਜਾ ਵੜਦਾ ਸਿੱਖ ਫਿਰ ਥਾਂ ਥਾਈਂ ਕਬਜ਼ੇ ਜਮਾਉਣ ਦੀ ਕਰਦੇ। ਵੱਡਾ ਘੱਲੂਘਾਰਾ ਉਸਨੇ ਕੇਵਲ ਸਿੱਖਾਂ ਨੂੰ ਮੁਕਾ ਦੇਣ ਵਾਸਤੇ ਰਚਾਇਆ ਸੀ। ਇਹ ਘੱਲੂਘਾਰਾ ਮਾਘ ਦੇ ਮਹੀਨੇ 28 ਮਿਤੀ ਨੂੰ ਸੰਮਤ 1818 ਬਿਕਰਮੀ ਵਿੱਚ ਕੁੱਪਰ ਹੀੜੇ ਵਰਤਿਆ ਸੀ। ਸਾਲ ਕੁ ਪਹਿਲਾਂ ਜਿਹੜਾ ਅਬਦਾਲੀ ਪਾਣੀਪਤ ਦੇ ਮੈਦਾਨ 'ਤੇ ਮਰਹੱਟਿਆਂ ਨੂੰ ਉਹ ਮਾਰ ਕਰ ਗਿਆ ਸੀ ਕਿ ਉਹਨਾਂ ਦਾ ਹਿੰਦੂ ਰਾਜ ਦਾ ਸੁਪਨਾ ਸਾਰਾ ਤਰੁੱਟ ਗਿਆ। ਉਹ ਅਬਦਾਲੀ ਵੱਡੇ ਘੱਲੂਘਾਰੇ ਵਿੱਚ ਸਾਰਾ ਤਾਣ ਲਾ ਕੇ ਸਿੱਖਾਂ ਨੂੰ ਨਾ ਮਾਰ ਸਕਿਆ। 12 ਘੰਟੇ ਸਿੱਖ ਪਿੱਛੇ ਹਟਦੇ ਗਏ ਅਤੇ ਅਬਦਾਲੀ ਦੱਬੀ ਗਿਆ ਪਰ ਸਾਰਾ ਤਾਣ ਲਾ ਕੇ ਵੀ ਉਹਨਾਂ ਦੀਆਂ ਸ਼ਫਾਂ ਨਾ ਤੋੜ ਸਕਿਆ ਔਰ ਪੈਂਤੜਾ ਨਾ ਹਿਲਾ ਸਕਿਆ। ਚਾਹੇ ਹਜ਼ਾਰਾਂ ਸਿੱਖ ਮਾਰੇ ਗਏ ਪਰ ਉਹਨਾਂ ਦੀ ਮਰਦਾਨਗੀ ਅਤੇ ਜੰਗੀ ਵਿਚਾਰ ਦੀ ਪ੍ਰਵੀਨਤਾ ਦਾ ਅਬਦਾਲੀ ਵੀ ਕਾਇਲ ਹੋ ਗਿਆ। ਇਸ ਤੋਂ ਮਗਰੋਂ ਸਿੱਖਾਂ ਦਾ ਪੈਰ ਪੰਜਾਬ ਵਿੱਚ ਜੰਮਦਾ ਗਿਆ ਸੀ ਅਤੇ ਅਬਦਾਲੀ ਦਾ ਸੁਪਨਾ ਹਿੰਦ ਪਰ ਮੁੜ ਪਠਾਨ ਰਾਜ ਥਾਪ ਲੈਣ ਦਾ ਸਾਰਾ ਨਸ਼ਟ ਹੋ ਗਿਆ ਸੀ। ਆਖਰੀ ਹਮਲੇ ਵਿੱਚ ਤਾਂ ਉਹ ਆਪ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦਿੰਦਾ ਸੀ ਪਰ ਉਸ ਵੀਰ ਨੇ ਕਿਹਾ ਕਿ ਸਾਡੇ ਡੋਲੇ ਅਤੇ ਤਲਵਾਰ ਰਾਜ ਪੈਦਾ ਕਰਨਗੇ, ਕਿਸੇ ਦਾ ਦਿੱਤਾ ਰਾਜ ਅਸੀਂ ਨਹੀਂ ਲੈਣਾ। ਹੁਣ ਇਹ ਕਾਫਲਾ ਜਲਾਲਾਬਾਦ ਲਾਗੇ ਆ ਪਹੁੰਚਿਆ। ਦਰਿਆ ਲੁੰਡੇ ਦੇ ਸੱਜੇ ਕਿਨਾਰੇ 'ਤੇ ਇਹ 3-4 ਹਜ਼ਾਰ ਦੀ ਵਸੋਂ ਦਾ ਸ਼ਹਿਰ ਆਬਾਦ ਹੈ। ਇਸ 'ਤੇ ਸੁੰਦਰ ਨਜ਼ਾਰੇ ਨੇ ਦਿਲਾਂ ਨੂੰ ਪ੍ਰਸੰਨ ਕਰ ਦਿੱਤਾ। ਸੰਜ ਕੋ ਵੇਲੇ ਜਸਵੰਤ ਅਤੇ ਸਾਈਂ ਦਰਿਆ ਦੇ ਕਿਨਾਰੇ ਬੈਠੇ ਸਨ। ਜਸਵੰਤ ਨੇ ਰਹਿਰਾਸ ਦਾ ਭੋਗ ਪਾਇਆ, ਇਸ ਨੂੰ ਸਾਈਂ ਨੇ ਪ੍ਰੇਮ ਨਾਲ ਸੁਣਿਆ ਔਰ ਅਰਦਾਸੇ ਵਿੱਚ ਸਰੀਰ ਆਪੇ ਖੜੋ ਵੀ ਗਿਆ ਅਤੇ ਭੋਗ ਪਰ ਮੱਥਾ ਵੀ ਟਿਕ ਗਿਆ। ਜਦ ਘਰ ਨੂੰ ਮੁੜੇ ਤਾਂ ਜਸਵੰਤ ਨੇ ਮੁਸਕਰਾ ਕੇ ਕਿਹਾ, ਸੱਜਣ ਜੀ ਅੱਜ ਤਾਂ ਤੁਸੀਂ ਵੀ ਕਾਫਰ ਹੋ ਗਏ। ਸਾਈਂ, ਕਿੱਕੂ? ਜਸਵੰਤ, ਕਾਫਰਾਂ ਦੀ ਨਮਾਜ਼ ਦਿਲ ਲਾ ਕੇ ਸੁਣੀ, ਸ਼ਾਮਲ ਹੋਏ, ਫਿਰ ਕਾਫਰਾਂ ਦੇ ਖੁਦਾ ਨੂੰ ਮੱਥਾ ਵੀ ਟੇਕਿਆ। ਸਾਈਂ ਹੱਸ ਕੇ, ਅੱਛਾ ਇਹ ਗੱਲ ਹੈ, ਮੈਂ ਤਾਂ ਨਾ ਕਾਫਰਾਂ ਦੇ ਖੁਦਾ ਨੂੰ ਮੱਥਾ ਟੇਕਿਆ ਹੈ ਨਾ ਮੋਮਨਾਂ ਦੇ ਖੁਦਾ ਨੂੰ। ਮੈਂ ਤਾਂ ਆਪਣੇ ਜਸਵੰਤ ਦੀ ਨਮਾਜ਼ ਪੜ੍ਹੀ ਹੈ ਅਤੇ ਜਸਵੰਤ ਦੇ ਪਿਆਰ ਨੂੰ ਮੱਥਾ ਟੇਕਿਆ ਹੈ। ਮੈਂ ਤਾਂ ਕੋਈ ਜਿਉਂਦਾ ਜਾਗਦਾ ਪਿਆਰ ਲੱਭਿਆ ਅਤੇ ਉਸੇ ਨੂੰ ਪਿਆਰ ਕੀਤਾ। ਇਹੋ ਮੇਰੀ ਪੂਜਾ ਅਤੇ ਇਹੋ ਮੇਰੀ ਇਬਾਦਤ ਰਹੀ ਹੈ। ਛੋਟੇ ਹੁੰਦਿਆਂ ਮੇਰਾ ਨੇਕ ਪਿਤਾ ਮੇਰਾ ਖੁਦਾ ਸੀ, ਮੈਂ ਅੱਠੇ ਪੈਰ ਉਸੇ ਦੇ ਸਦਕੜੇ ਹੁੰਦੀ ਰਹੀ। ਵਿਆਹੀ ਗਈ ਤਾਂ ਵਰੇ ਭਰ ਦਾ ਸੁਪਨਾ ਆਪਣਾ ਪਤੀ ਮੇਰਾ ਪੂਜ ਸੀ, ਮੈਂ ਉਸਦੀ ਪੂਜਾ ਕਰਦੀ ਨਮਾਜ਼ ਗੁਜ਼ਾਰਦੀ ਰਹੀ। ਉਹ ਅੱਖਾਂ ਮੀਟ ਗਿਆ ਤਾਂ ਆਗਾ ਖਾਨ ਦੀ ਮਾਂ ਨੂੰ ਮਾਬੂਦ ਭਾਵ ਪੂਜਾ ਬਣਾਇਆ ਅਤੇ ਉਸ ਤੋਂ ਘੋਲੀ ਹੁੰਦੀ ਰਹੀ। ਉਹ ਮਰ ਗਈ ਤਾਂ ਆਗਾ ਖਾਨ ਨੂੰ ਪੂਜ ਪਿਆਰ ਦਾ ਨਿਸ਼ਾਨਾ ਬਣਾਇਆ। ਹੁਣ ਉਸੇ ਦੀ ਹੁੱਬ ਦੀ ਖਾਤਰ ਤੁਹਾਡੇ ਨਾਲ ਮੋਹ ਪੈ ਗਿਆ ਹੈ। ਮੈਂ ਕੀ ਜਾਣਾ ਨਮਾਜ਼ ਅਤੇ ਰੋਜ਼ੇ,
ਮੈਂ ਤਾਂ ਆਪਣੇ ਪਿਆਰੇ ਦੇ ਪਿਆਰ ਨੂੰ ਨਮਾਜ਼ ਰੋਜ਼ਾ ਜਾਣਦੀ ਹਾਂ। ਇਹ ਲਫ਼ਜ਼ ਕੁਛ ਐਸੇ ਪਿਆਰ ਅਤੇ ਨਰਮੀ ਨਾਲ ਕਹੇ ਗਏ ਕਿ ਹੱਸਦੇ ਹੱਸਦੇ ਜਸਵੰਤ ਦੇ ਅੱਖਾਂ ਵਿੱਚ ਨੀਰ ਲੈ ਆਏ। ਹੱਸ ਕੇ ਪਰ ਸ਼ਾਂਤ ਨਾਲ, ਜਸਵੰਤ ਹੈ ਤਾਂ ਡਾਢੀ ਚੰਗੀ ਗੱਲ ਜਿਸ ਦਾ ਮੁੱਲ ਨਹੀਂ ਪੈ ਸਕਦਾ, ਪਰ ਖੁਦਾ ਦਾ ਨਾਮ ਜ਼ਰਾ ਵਧੇਰੇ ਅਦਬ ਨਾਲ ਲਿਆ ਕਰੋ। ਇਹੋ ਪ੍ਰੇਮ ਦੀ ਮੰਜ਼ਿਲ ਉਸ ਤੱਕ ਲੈ ਜਾਂਦੀ ਹੈ ਅਤੇ ਹਰ ਮੰਜ਼ਿਲ ਉੱਤੇ ਰਸਤੇ ਦੇ ਹਰ ਕਦਮ ਉੱਤੇ ਉਹ ਆਪ ਹੈ। ਪਰ ਮੰਜ਼ਿਲਾਂ ਅਤੇ ਰਸਤੇ ਨੂੰ ਅਦਬ ਸਵਾਰੇ ਖੁਦਾ ਕਹਿਣ ਵਾਲੇ ਚੁੱਪ ਤੋਂ ਕੰਮ ਲੈਂਦੇ ਹਨ। ਉਹ ਆਪ ਪ੍ਰੇਮ ਹੈ, ਉਹ ਹਰ ਥਾਂ ਵੱਸਦਾ ਹੈ ਪਰ ਵਰਤਦਾ ਅਲੋਪ ਹੈ। ਪ੍ਰੇਮ ਆਪ ਦਾ ਅਮੁੱਲ ਹੈ। ਦਿਲ ਦੀ ਜਿਸ ਅਟਾਰੀ ਵਿੱਚ ਪਿਤਾ, ਪਤੀ, ਸੁਆਣੀ ਅਤੇ ਆਗਾ ਖਾਨ ਵੱਸਦੇ ਹਨ, ਇੱਥੇ ਹੀ ਉਸ ਮਾਲਕ ਨੇ ਆ ਵਸਣਾ ਹੈ। ਇਹ ਉਸ ਦੇ ਪਿਆਰ ਟੁਣਕੇ ਹਨ ਜੋ ਥਾਓਂ ਥਾਓਂ ਆ ਆ ਵੱਜਦੇ ਹਨ। ਸਾਈਂ, ਇਸ ਵੇਲੇ ਕੋਈ ਕਸਰ ਨਿਕਲ ਸਕਣੀ ਕਠਿਨ ਹੈ ਕਿਉਂਕਿ ਡਾਢੀ ਵਿੱਥ ਪੈ ਰਹੀ ਹੈ। ਜਦੋਂ ਹੁਣ ਵਾਲਾ ਮਾਮਲਾ ਸਿਰੇ ਚੜ੍ਹ ਜਾਏਗਾ ਤਦੋਂ ਖਬਰੇ ਸ਼ੁਕਰਾਨੇ ਵਿੱਚ ਕੋਈ ਪੂਰਾ ਭਾਂਡਾ ਮੇਰੀਆਂ ਕਸਰਾਂ ਕੱਢ ਦੇਵੇਗਾ। ਜਿਸ ਘਰ ਦੀ ਮੈਂ ਉਮਰਾਂ ਤੋਂ ਨਿਮਾਣੀ ਸੇਵਾ ਕਰ ਰਹੀ ਹਾਂ ਉਹ ਤਾਂ ਬਹੁਤ ਹੀ ਉਪਕਾਰੀ ਅਤੇ ਤਿਲ ਨੂੰ ਮੇਰੂ ਕਰਕੇ ਜਾਣਨ ਵਾਲਾ ਹੈ। ਜਸਵੰਤ, ਅੱਜ ਮੈਥੋਂ ਰਿਹਾ ਨਹੀਂ ਜਾਂਦਾ, ਮੈਂ ਗੁਸਤਾਖੀ ਕਰਕੇ ਵੀ ਪੁੱਛ ਲੈਣਾ ਹੈ। ਪਿਆਰੇ ਸਾਈਂ ਜੀ, ਦੱਸੋ ਨਾ ਤੁਸੀਂ ਕਦ ਤੱਕ ਬੁਝਾਰਤਾਂ ਪਾਓਗੇ ਔਰ ਮੈਨੂੰ ਹਨੇਰੇ ਵਿੱਚ ਰੱਖੋਗੇ? ਜਦ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਹਾਲ ਕਿਉਂ ਨਹੀਂ ਖੋਲ੍ਹਦੇ? ਵਲਵਲਾ ਕਿਉਂ ਜਾਂਦੇ ਹੋ? ਜੇ ਤਾਂ ਮੈਨੂੰ ਕੁਛ ਥਾਉ ਨਾ ਹੁੰਦਾ ਤਾਂ ਹੋਰ ਗੱਲ ਸੀ। ਕੁਛ ਭਿਣਕ ਮੇਰੇ ਕੰਨੀ ਪੈ ਚੁੱਕੀ ਹੈ। ਮੇਰੀ ਅਕਲ ਜੋੜ ਤੋੜ ਬਣਾਉਂਦੀ ਅਤੇ ਢਾਉਂਦੀ ਰਹਿੰਦੀ ਹੈ। ਮੈਂ ਆਪਣੀ ਹਰਿਆਣੀ ਲਈ ਨਹੀਂ ਪੁੱਛਦਾ, ਮੈਨੂੰ ਪਿਆਰ ਤਣੁੱਕੇ ਵੱਜਣ ਲੱਗ ਪਏ ਹਨ ਅਤੇ ਤੁਹਾਡੇ ਹੋਰ ਨੇੜੇ ਕਰਨਾ ਚਾਹੁੰਦੇ ਹਨ। ਸਾਈਂ ਠੰਡਾ ਸਾਹ ਲੈ ਕੇ, ਪਿਆਰੇ ਜੀ ਤੁਹਾਥੋਂ ਕੀ ਲੁਕਾਓ ਹੈ, ਪਰ ਦੁੱਖਾਂ ਦੀਆਂ ਗੰਢਾਂ ਖੋਲਿਆਂ ਚੋਬ ਹੀ ਵੱਜਣੀ ਹੈ। ਜਸਵੰਤ, ਸੱਚ ਹੈ, ਪਰ ਅਸੀਂ ਮਿਲੇ ਹੀ ਦੁੱਖਾਂ ਵਿੱਚ ਹਾਂ। ਦੁੱਖਾਂ ਵਿੱਚ ਹੋਏ ਮੇਲੇ ਪਿਆਰ ਦੀ ਗੋਦੀ ਵਿੱਚ ਛੇਤੀ ਲੈ ਜਾਂਦੇ ਹਨ। ਮੈਂ ਕਿਹੜੇ ਸੁੱਖਾਂ ਵਿੱਚ ਹਾਂ? ਸਾਈਂ, ਮੈਨੂੰ ਅੱਗੇ ਹੀ ਖਿਆਲ ਸੀ ਕਿ ਤੁਸੀਂ ਪੰਜਾਬੀ ਹੋ ਔਰ ਰੱਬ ਨਾ ਭੁਲਾਵੇ ਤਾਂ ਕੈਦ ਵਿੱਚ ਆਏ ਹੋ ਅਤੇ ਹੁਣ ਕਿਸੇ ਜੁਗਤ ਨਾਲ ਮੁੜੇ ਜਾਂਦੇ ਹੋ। ਜਸਵੰਤ, ਬਿਲਕੁਲ ਠੀਕ ਹੈ, ਡਾਢੀਆਂ ਮੁਸ਼ਕਲਾਂ ਨਾਲ ਛੁਟਕਾਰਾ ਹੋਇਆ ਹੈ ਅਤੇ ਪਰਮੇਸ਼ਰ ਫਜ਼ਲ ਕਰੇ ਆਪ ਦੇ ਆਗਾ ਖਾਨ ਦੀ ਕਿਰਪਾ ਨਾਲ ਸ਼ਾਇਦ ਵਤਨ ਅੱਪੜ ਪਵਾਂ। ਪਰ ਪਠਾਣ ਹੋਣ ਕਰਕੇ ਮੈਂ ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ। ਪਰ ਸਾਈਂ ਜੀ, ਪ੍ਰੇਮ ਅੱਗੇ ਕੱਦ ਤੱਕ ਲੁਕੋ ਰਹਿ ਸਕਦੇ ਹਨ। ਸਾਈਂ, ਕੋਈ ਗੈਬ ਤੋਂ ਬੁਲਾ ਨਾ ਆ ਪਵੇ, ਮੇਰਾ ਲਾਲ ਤਾਂ ਸਿਰ ਤੱਕ ਤੁਹਾਡੇ ਨਾਲ ਨਿਭਾਏਗਾ। ਜਸਵੰਤ, ਉਸ ਦੀ ਜਾਤ ਤੋਂ ਔਰ ਤੁਹਾਡੇ ਤੋਂ ਇਹੋ ਉਮੀਦ ਹੈ। ਮੇਰਾ ਰੱਬ ਨਾ ਭੁਲਾਵੇ, ਮੇਰੇ ਮਿੱਠੇ ਮਿੱਠੇ ਸਾਈਂ ਜੀਓ, ਤੁਹਾਡੇ ਅਤੇ ਮੇਰੇ ਲਹੂ ਵਿੱਚ ਉਹ ਵਿੱਥ ਨਹੀਂ ਹੈ ਜੋ ਦਿਸ ਪਈ ਆਉਂਦੀ ਹੈ। ਸਾਈਂ, ਇਹ ਖਿਆਲ ਆਪ ਦਾ ਠੀਕ ਹੈ, ਮੈਂ ਪਠਾਣੀ ਨਹੀਂ ਔਰ ਨਾ ਮੁਸਲਮਾਨੀ ਹਾਂ। ਮੇਰੇ ਇਹ ਰੂਪ ਵੀ ਪ੍ਰੇਮ ਨੇ ਹੀ ਢਾਲ ਕੱਢੇ ਹਨ ਜਾਂ ਮੇਰੇ ਪੂਰਬਲੇ ਕਰਮਾਂ ਨੇ? ਜਸਵੰਤ, ਸਾਈਂ ਦਾ ਹੱਥ ਘੁੱਟ ਕੇ, ਰੱਬ ਮਿਹਰ ਕਰੇ, ਛੇਤੀ ਦੱਸੋ ਜੋ ਤੁਸੀਂ ਕਿਸ ਕੁਲ ਵਿੱਚੋਂ ਹੋ। ਮੇਰਾ ਕਲੇਜਾ ਉੱਛਲ ਰਿਹਾ ਹੈ, ਇਹ ਮੁੱਠ ਵਿੱਚ ਨਹੀਂ ਆਉਂਦਾ। ਸਾਈਂ, ਮੈਂ ਸਪਤ ਸਿੰਧੂ ਭਾਵ ਸੱਤ ਪਾਣੀਆਂ ਵਾਲੇ ਪੰਜਾਬ ਦੀ ਪੁੱਤਰੀ ਹਾਂ। ਹਾਂ, ਮੈਂ ਰਾਜਪੂਤ ਕੁਲ ਦੀ, ਪਰ ਪੰਜਾਬ ਦੇ ਪਹਾੜਾਂ ਦੀ ਜਾਈ ਹਾਂ। ਪਿਤਾ ਮੇਰੇ ਚੰਗੇ ਜ਼ਿਮੀਂਦਾਰ ਸਨ, ਨਾਦੌਣ ਵਿੱਚ ਮੇਰਾ ਘਰ ਸੀ, ਸ਼ਕਤੂ ਮੇਰੇ ਜਨਕ ਜੀ ਦਾ ਨਾਮ ਸੀ। ਸਿਆਣੀ ਹੋਈ ਨੂੰ ਪਿਤਾ ਨੇ ਵਿਆਹ ਦਿੱਤਾ, ਥੋੜ੍ਹੇ ਹੀ ਦਿਨ ਦਾ ਜੀਵਨ ਡਿੱਠਾ ਕਿ ਪਤੀ ਅਤੇ ਪਿਤਾ ਇਕੱਠੇ ਹੀ ਪ੍ਰਲੋਕ ਟੁਰ ਗਏ। ਇਸ ਵੇਲੇ ਅਸੀਂ ਲਾਹੌਰ ਸਾਂ, ਜਿਸ ਮੁਹੱਲੇ ਵਿੱਚ ਵਾਸ ਸੀ
ਉੱਥੇ ਇੱਕ ਗੰਭੀਰ ਆਸ਼ਿਆ ਲੋਕ ਵਸਦੇ ਸਨ। ਮੇਰੇ ਦੁੱਖ ਵਿੱਚ ਉਹਨਾਂ ਦੀ ਵਹੁਟੀ ਨੇ, ਜੋ ਨੇਕੀ ਦਾ ਅਵਤਾਰ ਸੀ, ਮੇਰੇ ਨਾਲ ਅੱਤ ਪਿਆਰ ਕੀਤਾ। ਇਸ ਪਿਆਰ ਨੇ ਪਤੀ ਦੀ ਥਾਂ ਮੈਨੂੰ ਇਹ ਸਰੀਰ ਦੇ ਦਿੱਤਾ। ਮੈਂ ਪਿਆਰ ਵਿੱਚ ਪਰੋਤੀ ਉਹਨਾਂ ਦੀ ਹੀ ਹੋ ਗਈ। ਸੋ ਪਿਆਰੇ ਜਸਵੰਤ ਜੀ, ਮੇਰੀਆਂ ਰਗਾਂ ਵਿੱਚ ਪੰਜਾਬ ਦੇ ਪਰਬਤਾਂ ਉੱਤੇ ਵਹਿੰਦੇ ਪਵਿੱਤਰ ਪਾਣੀਆਂ ਤੋਂ ਬਣਿਆ ਪਵਿੱਤਰ ਖੂਨ ਠਾਠਾਂ ਮਾਰਦਾ ਹੈ। ਔਰ ਚਾਹੇ ਤੁਸੀਂ ਮਰਦ ਹੋ ਅਤੇ ਮੈਂ ਤੀਵੀਂ ਹਾਂ, ਤੁਸੀਂ ਮੇਰੇ ਪੁੱਤਰਾਂ ਜੇਡੇ ਹੋ। ਮੈਂ ਆਪ ਨੂੰ ਦੇਸ਼ ਵੀਰ ਅਤੇ ਸਕਾ ਵੀਰ ਜਾਣ ਕੇ ਇਸ ਵੇਲੇ ਮਿਲੇ ਬਿਨਾਂ ਰੁਕ ਨਹੀਂ ਸਕਦੀ। ਇਹ ਕਹਿੰਦਿਆਂ ਜੱਫੀ ਪਾ ਲਈ ਔਰ ਐਸਾ ਘੁੱਟ ਕੇ ਮਿਲੀ ਕਿ ਅੱਖਾਂ ਤੋਂ ਹੰਝੂ ਵਹਿ ਤੁਰੇ ਔਰ ਸਵਾਸ ਲੰਮੇ ਹੋ ਗਏ ਅਤੇ ਹੋਸ਼ ਕੱਸੀ ਪੈ ਗਈ। ਕਿਤਨਾ ਚਿਰ ਇਸ ਤਰ੍ਹਾਂ ਲੰਘ ਗਿਆ। ਜਸਵੰਤ ਸਾਈਂ, ਪਿਆਰ ਦੇ ਅਵਤਾਰ ਸਾਈਂ, ਸ਼ੁਕਰ ਹੈ ਇਸ ਵਿਦੇਸ਼, ਇਸ ਉਜਾੜ ਅਤੇ ਓਪਰੀ ਧਰਤੀ ਵਿੱਚ, ਇਸ ਇਕੱਲ ਦੇ ਵਿਛੋੜੇ ਵਿੱਚ ਮੈਨੂੰ ਦੇਸ਼ ਭੈਣ ਦਾ ਮੇਲਾ ਹੋਇਆ ਔਰ ਇਸ ਪਿਆਰ ਵਿੱਚ ਹੋਇਆ ਕਿ ਜਦੋਂ ਪਵਿੱਤਰ ਉਛਾਲੇ ਵਿੱਚ ਵਿਥ ਨਹੀਂ। ਜੇ ਕਦੀ ਮੇਰੀ ਇੱਕ ਹੋਰ ਆਸ ਵੀ ਪੂਰੀ ਹੋ ਜਾਵੇ ਤਾਂ ਮੇਰੀ ਖੁਸ਼ੀ ਸੰਪੂਰਨ ਹੋ ਜਾਵੇ। ਹਾਂ, ਹੁਣ ਪਿਆਰ ਭਰੀ ਸਾਈਂ ਜੀ ਦੀ ਮਿੱਠੀ ਰਸੀਲੀ ਰਸਨਾ ਉਹ ਸ਼ਹਿਦ ਵੀ ਦਾਨ ਕਰੇ। ਸਾਈਂ, ਉਹ ਕੀ ਹੈ? ਜਸਵੰਤ, ਮੇਰਾ ਲਹੂ ਉਛਾਲੇ ਮਾਰ ਕੇ ਆਖਦਾ ਹੈ ਕਿ ਆਗਾ ਖਾਨ ਦੀਆਂ ਰਗਾਂ ਵਿੱਚ ਵੀ ਪੰਜਾਬ ਦੀ ਪਵਿੱਤਰ ਧਰਤੀ ਦਾ ਖੂਨ ਗੇੜੇ ਲਾ ਰਿਹਾ ਹੈ। ਉਸ ਦੀਆਂ ਜੋਸ਼ ਭਰੀਆਂ ਨਾੜਾਂ ਵਿੱਚ ਕਠੋਰਤਾ ਦਾ ਓਪਰਾ ਓਪਰਾ ਖੂਨ ਨਹੀਂ ਹੈ। ਉੱਥੇ ਉਤਸ਼ਾਹ ਦੇ ਬਲ ਵਾਲੀ ਰੱਤੀ ਰੱਤ ਜੋਸ਼ ਮਾਰਦੀ ਹੈ। ਪਿਆਰੀ ਭੈਣ, ਮੇਰੀ ਆਸ ਨਾ ਕਰਕੇ ਨਾ ਤੋੜ ਦੇਈਂ। ਪਰਮੇਸ਼ਰ ਕਰੇ ਤੇਰਾ ਜਵਾਬ ਅਤੇ ਸੱਚ ਦੋਵੇਂ ਮੇਰੀ ਆਸ ਪੂਰਨ ਵਾਲੇ ਹੋਣ। ਸਾਈਂ, ਪਿਆਰੇ ਵੀਰ, ਕੀ ਦੱਸਾਂ, ਦੁੱਖਾਂ ਦੀਆਂ ਪੰਡਾਂ ਹਨ, ਪਰ ਸੁਣ ਅਰ ਦਿਲ ਥੰਮ, ਕਲੇਜਾ ਘੁੱਟ ਕੇ ਸੁਣ। ਤੁਹਾਡੀ ਪੁੱਛ ਦੇ ਸਾਰੇ ਉੱਤਰ ਮੇਰੀ ਅਗਲੀ ਵਿੱਥਿਆ ਵਿੱਚ ਆ ਜਾਣਗੇ। ਮੈਂ ਆਪਣੀ ਵਿੱਥਿਆ ਦੀ ਪਿੱਛੇ ਛੱਡੀ ਲੜੀ ਫੇਰ ਅੱਗੇ ਤੋਰਦੀ ਹਾਂ। ਜਦ ਮੈਨੂੰ ਹੁਣ ਆਪਣੇ ਪਿਆਰ ਦਾ ਨਵਾਂ ਆਲੰਬ ਮਿਲ ਗਿਆ, ਤਦ ਮੈਂ ਉਸਦੇ ਪਿਆਰ ਵਿੱਚ ਲੱਗ ਗਈ। ਮਾਲਕਾਣੀ ਕਹਾਂ ਕਿ ਭੈਣ ਕਹਾਂ, ਭਲਿਆਈ ਹੀ ਭਲਿਆਈ ਸੀ, ਸੱਚ ਦੀ ਪੁਤਲੀ ਸੀ। ਸੁਤੇ ਸੁਭਾਵ ਹੀ ਉਸਨੇ ਬੁਰਾ ਕਦੇ ਕੀਤਾ ਹੀ ਨਹੀਂ ਸੀ। ਹਸਮੁਖ ਸਦਾ ਸੁੱਖ ਦਾਤੀ, ਦਿਨ ਰਾਤ ਗਾਉਂਦੀ, ਗੁਰੂ ਦੀ ਬਾਣੀ ਪੜ੍ਹਦੀ ਅਤੇ ਗੁਰੂ ਗੁਰੂ ਕਰਦੀ ਸੀ। ਸੁੰਦਰ, ਬਾਂਕੀ, ਕੋਇਲ ਵਰਗੀ ਬਰੀਕ ਅਤੇ ਬੁਲਬੁਲ ਵਰਗੀ ਮਿੱਠੀ ਆਵਾਜ਼। ਪਤੀ ਉਸਦੇ ਬੀਰ ਬਾਂਕਰੇ ਸਖੀ, ਨੇਕ, ਸਟੇ, ਧਰਮੀ ਅਤੇ ਸਦਾ ਉਪਕਾਰੀ। ਇਹ ਜੋੜੀ ਇੱਕ ਅਨੁਪਮ ਜੋੜੀ ਸੀ। ਇੱਕ ਕਾਕੀ ਇਹਨਾਂ ਦੇ ਘਰ ਸੀ, ਹੁਣ ਵਾਹਿਗੁਰੂ ਨੇ ਬਰਕਤ ਦਿੱਤੀ, ਇੱਕ ਕਾਕਾ ਜਨਮਿਆ ਜੋ ਸੁੰਦਰਤਾ ਵਿੱਚ ਚੰਦ ਨੂੰ ਮਾਤ ਕਰੇ। ਮੇਰੇ ਉਹ ਦਿਨ ਇਸ ਪਰਿਵਾਰ ਦੀਆਂ ਖੁਸ਼ੀਆਂ ਅਤੇ ਭਜਨਾਂ ਵਿੱਚ ਸੁਹਾਵਣੇ ਲੰਘੇ। ਮੈਨੂੰ ਉਹ ਦਿਨ ਪੇਕੇ ਘਰ ਨਾਲੋਂ ਵੀ ਵਧੀਕ ਸੁਖੀ ਬੀਤੇ ਯਾਦ ਪੈਂਦੇ ਹਨ। ਸਾਡੇ ਘਰ ਪ੍ਰਾਹੁਣੇ ਬਹੁਤ ਆਉਂਦੇ ਸਨ। ਸੁਹਾਣੇ ਦਾ ਖਿੜਿਆ ਮੱਥਾ ਪ੍ਰਾਹੁਣਿਆਂ ਨੂੰ ਪਿਆਰ ਕਰਦਾ ਸੀ। ਉਹ ਸਦਾ ਸੇਵਾ ਵਿੱਚ ਰੁੱਝੀ ਰਹਿੰਦੀ ਸੀ ਅਤੇ ਮੈਂ ਬੱਚੇ ਦੇ ਪਾਲਣ ਪੋਸ਼ਣ ਵਿੱਚ ਰਹਿੰਦੀ ਸਾਂ। ਅਕਸਰ ਵੇਰ ਜਦ ਸੁਹਾਣੀ ਢੇਰ ਚਿਰ ਰੁੱਝੀ ਰਹੇ ਜਾਂ ਕਮਜ਼ੋਰੀ ਦੇ ਨਾਲ ਕੁਛ ਕੁ ਬਿਮਾਰ ਹੋ ਜਾਵੇ ਤਾਂ ਬੱਚੇ ਨੂੰ ਮੈਂ ਆਪਣੀ ਛਾਤੀ 'ਤੇ ਪਾਉਣਾ। ਪਿਆਰ ਦੀ ਖਿੱਚ ਅਤੇ ਆਂਦਰਾਂ ਦੇ ਵਲਵਲੇ ਦਾ ਅਸਰ ਦੇਖੋ ਜੋ ਮੈਨੂੰ ਦੁੱਧ ਉੱਤਰ ਆਇਆ। ਫੇਰ ਤਾਂ ਸੌਖ ਹੋ ਗਿਆ। ਅੱਗੇ ਤੋਂ ਵਧੀਕ ਬੱਚੇ ਨੂੰ ਮੇਰਾ ਹੀ ਦੁੱਧ ਮਿਲਦਾ ਸੀ। ਪਿਆਰ ਦੀਆਂ ਹੋਰ ਕਥਾ ਕੀ ਸੁਣਾਵਾਂ, ਯਾਦ ਕਰਦਿਆਂ ਰੋਣ ਆਉਂਦਾ ਹੈ। ਉਹ ਸਤਸੰਗ, ਉਪਕਾਰ, ਖੁਸ਼ੀ ਦੇ ਰੰਗ ਮੈਂ ਦੱਸ ਨਹੀਂ ਸਕਦੀ ਜੋ ਸਾਡੇ ਘਰ ਵਿੱਚ ਵਰਤਦਾ ਸੀ।